ਕੌਡੀ 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 ਤਗੜਾ ਲਈਦੀ ਆ ਪਰ ਆਪਾਂ ਨਹੀਂ ਦੱਸਦਾ ਬੰਦਾ ਆਪਣਾ ਕੋਈ ਬਾਹਰ ਤੂੰ ਨਿਗਾ ਇਦਾਂ ਕਿਸੇ ਨਾਲ ਕੋਈ ਸਭ ਤੋਂ ਵੱਡੀ ਗੱਲ ਇਹ ਨਾ ਮੈਂ ਜਾਊਗਾ ਕੋਈ ਨਾ ਸੱਪਾ ਵਾਲੇ ਨਾ ਉਦੀ ਗਿਆ ਉਹ ਤਾਂ ਉਦੀ ਖੜਕਣੀ ਜਿੱਦਾਂ ਪਹਿਲਾਂ ਓ ਯਾਰ ਗੱਲ ਸੁਣ ਸੱਪਾ ਵਾਲੇ ਨੇ ਮੇਰੀ ਗੱਲ ਮੈਂ ਹੁਣ ਕਹਿਣਾ ਕੈਨੇਡਾ ਆਈ ਉੱਥੇ ਉਹਨੇ ਮੇਤੇ ਮੈਂ ਜਫਾ ਨਹੀਂ ਉਦਾਂ ਮੈਂ ਆਪ ਹੀ ਬਾਹਰ ਹੋ ਗਿਆ ਸੀ ਭਰਾ ਮੇਰੇ ਆ ਬਾਅਦ ਉਹਨੇ ਮੇਰੇ ਥਾਪੀਆਂ ਮਾਰੀਆਂ ਤੇ ਜਿਹੜੀਆਂ ਪੰਜ ਬਾਅਦ ਚੋਂ ਪਾਈਆਂ ਸੀ ਉਹ ਦੇਖਿਓ ਕਿਤੇ ਟੱਚ ਹੀ ਦੇਖਿਓ ਲਾਈਵ ਬਾਟ ਇਹੀ ਤਾਂ ਗੱਲ ਹੈਗੇ ਯਾਰ ਵਧੀਆ ਵਾ ਉਹ ਪਾਕਿਸਤਾਨ ਵਾਲੇ ਬੰਦੇ ਮਾਰੇ ਨਹੀਂ ਵਧੀਆ ਵਾ ਯਾਰ ਆਪਾਂ ਨੇ ਨੰਬਰ ਬੜਾ ਬੜਾ ਵਧੀਆ ਆਪਣੇ ਨਾਲ ਬੰਦਿਆਂ ਦਾ ਭਾਜੀ ਭਾਜੀ ਕਹਿ ਬੋਲਦੇ ਯਾਰ ਸਾਰੇ ਪਰ ਇਹ ਨਹੀਂ ਹੁਣ ਲਿਖੀ ਜਾਂਦਾ ਮੇਸੀ ਟੂ ਬੁਗੇ ਉਹ ਪਾਕਿਸਤਾਨ ਤੋਂ ਲਵ ਯੂ ਆ ਗਿਆ ਦੇਖ ਲਾ ਆਪਾਂ ਨੂੰ ਲਵ ਯੂ ਆ ਯਾਰ ਪਾਕਿਸਤਾਨ ਦੇ ਮੈਂ ਕਿਹਾ ਬੰਦੇ ਵਧੀਆ ਕੋਈ ਮਾੜੇ ਨਹੀਂ ਆ ਬੰਦੇ ਬਹੁਤ ਵਧੀਆ ਉਹ ਇੱਥੇ ਆਸਟ੍ਰੇਲੀਆ ਕਿੱਥੇ ਹਾਂ ਆਸਟ੍ਰੇਲੀਆ ਮੁੰਡਾ ਮੈਨੂੰ ਮਿਲਿਆ ਸੀ ਪਾਕਿਸਤਾਨ ਦਾ ਬੜਾ ਵਧੀਆ ਸੀ ਉਹ ਦੂਜਾ ਉਹ ਮਿਲ ਕੇ ਬੜਾ ਵਧੀਆ ਗਿਆ ਮੈਨੂੰ ਕਹਿੰਦਾ ਭਾਜੀ ਤੈਨੂੰ ਚਾਹੇ ਧੀਆ ਫੜਨ ਦੀ ਉਹਨੇ ਅਗਲੇ ਮੈਂ ਕਿਹਾ ਯਾਰ ਤੂੰ ਫੜ ਲੈਣਾ ਵਾ ਮੈਂ ਕਿਤੇ ਬਹੁ ਆ ਉਹਨੇ ਵਾਕਈ ਅਗਲੇ ਮੈਚ ਉਹਨੇ ਮੈਨੂੰ ਫੜ ਲਿਆ ਮੈਂ ਕਿਹਾ ਮੈਂ ਆਪ ਨੀ ਜਫਾ ਕਰਦਾ ਤੂੰ ਭਾਜੀ ਪਾਇਆ ਮੈਨੂੰ ਜਫਾ ਹਾਂ ਤੋ ਬੰਦੇ ਦਾ ਇੰਨੇ ਨਾ ਹੌਸਲਾ ਹੀ ਬੜਾ ਹੋ ਗਿਆ ਪਤਾ ਨੀ ਮੈਂ ਕਿਹਾ ਚੱਲ ਬਹੁਤ ਵਧੀਆ ਮੈਂ ਉਹ ਜਿਹੜੇ ਨਾ ਮਿਲ ਕੇ ਉਹਨੇ ਨਾ ਦੋ ਤਿੰਨ ਵੀਡੀਓ ਵੀ ਪਾਈਆਂ ਕਬੱਡੀ ਨੂੰ ਜਿਹੜੇ ਜਾਣਦੇ ਨਹੀਂ ਨਾ ਬੰਦੇ ਉਹ ਮੜਾ ਇਦਾਂ ਕਰਦੇ ਆ ਯਾਰ ਇੱਕ ਕਲਿੱਪ ਜੀ ਦੇਖ ਕੇ ਕਬੱਡੀ ਗੱਲ ਪਤਾ ਕੀ ਆ ਹਣੀ ਇੱਥੇ ਫੇਕ ਬਹੁਤ ਚੱਲਣ ਲੱਗ ਪਿਆ ਹੁਣ ਕਈ ਹੁਣ ਜਿਹੜੇ ਕਈ ਆਪਾਂ ਲਾਈਵ ਹੁੰਦੇ ਆ ਕਈ ਇੱਕ ਦੋ ਵਿੱਚ ਇਦਾਂ ਦੇ ਬੰਦੇ ਹੋਣੇ ਜਿਹਨਾਂ ਨੇ ਫੇਕ ਆਈਡੀਆ ਬਣਾਈਆਂ ਉਹਨਾਂ ਦਾ ਕੰਮ ਇਹ ਹੀ ਆ ਕਿ ਗਾਲਾਂ ਕੱਢੀ ਜਾਣੀਆਂ ਜਾਂ ਕੁਛ ਗਲਤ ਬੋਲੀ ਜਾਣਾ ਥੋੜੀ ਆ ਪਤਾ ਨੀ ਵਧੀਆ ਭਰਾਵਾ ਮੈਂ ਇੱਕੋ ਹੀ ਅਰਦਾਸ ਕਰਦਾ ਯਾਰ ਇਹ ਤਾਂ ਪਲੇਅਰ ਦੇ ਸੱਟ ਨਾ ਲੱਗੇ ਯਾਰ ਹਾਂ ਬਸ ਮਾੜਾ ਚੰਗਾ ਖੇਡ ਦੋ ਕੋਈ ਚੱਕਰ ਨਹੀਂ ਭਾਵੇਂ 15 ਮੈਚ ਭਰਾਵਾ ਮਾੜੇ ਕਿਸੇ ਦੇ ਸੱਟ ਨਾ ਲੱਗੇ ਮੈਂ ਤੇ ਇਹੀ ਹੁਣ ਯਾਰ ਸਭ ਤੋਂ ਵੱਡੀ ਗੱਲ ਹੁਣ ਸਾਡੇ ਇੰਨੀ ਨਹੀਂ ਲੱਗੀ ਚੱਲ ਬਚਾ ਹੋ ਗਿਆ ਸਭ ਤੋਂ ਜ਼ਿਆਦਾ ਯਾਰ ਬੱਬੂ ਭਿੰਡਰ ਭਾਈ ਦੇ ਲੱਗ ਗਈ ਬੱਬੂ ਭਿੰਡਰ ਦੇ ਸਹੀ ਗੱਲ ਆ ਉਹ ਦੋ ਵਾਰ ਪੁੱਛੋ ਕਿ ਉਹਦੇ ਤੇ ਵਿਚਾਰੇ ਤੇ ਕੀ ਬੀਤਦੀ ਜਾਂ ਕੀ ਹਿਸਾਬ ਆ ਕੀ ਨਹੀਂ ਹਨਾ ਬੜਾ ਆਸਾਨ ਦਾ ਯਾਰ ਹਣੀ ਉਹ ਇੱਕ ਮੁੰਡਾ ਪਾਲ ਮਾਲੇ ਵਾਲਾ ਤੁਰਨ ਫੇਰ ਮਣਾ ਹੋ ਗਿਆ ਮੈਂ ਬਾਪਾ ਹੀ ਕੋ ਜਾ ਕੇ ਆਉਂਗਾ ਮੁੰਡਾ ਪਾਲ ਮਾਲੇ ਵਾਲਾ ਨਹੀਂ ਪਾਲ ਮਾਲੇ ਵਾਲਾ ਆਹੋ ਯਾਰ ਉਹ ਉਹਨੇ ਮੋਢੇ ਦਾ ਕਰਾਇਆ ਸੀ ਅਗਲੀ ਵਾਰ ਉਹਦਾ ਪਚਾਰੇ ਦਾ ਦੇਖ ਲਓ ਗੋਡੇ ਦਾ ਉਹ ਪਲੇਅਰਾਂ ਨੂੰ ਦੇਖੋ ਕਿੱਦਾਂ ਫੀਲ ਹੁੰਦਾ ਹੋਊਗਾ ਕਈ ਪਲੇਅਰ ਇਦਾਂ ਦੇ ਆ ਉਹਨਾਂ ਦੇ ਸੱਟਾ ਹੁਣ ਵੀ ਰਿਟੈਪ ਪਾਲ ਭਾਈ ਕੋ ਵੀ ਹੋ ਗਿਆ ਹੈ ਹਾਂ ਅਬ ਵੀ ਰਿਟੈਪ ਵਾਲਾ ਪਚਾਰਾ ਦੇਖ ਲਾ ਹੋਰ ਯਾਰ ਉਹ ਵੀ ਯਾਰ ਮੈਂ ਤਾਂ ਭਰਾਵਾ ਮੈਂ ਤਾਂ ਵਿਚਾਰਾ ਮੈਨੂੰ ਵਧੀਆ ਮੈਂ ਚੱਲ ਆਪਣੇ ਹਰੇ ਇੰਨੀ ਵੇਲਾ ਯਾਰੀ ਵੀ ਨਹੀਂ ਪ੍ਰਤਾਪ ਹੋਣਾ ਨਹੀਂ ਚੱਲ ਮੈਚਾਂ ਮੁੱਚਾਂ ਮੈਨੂੰ ਯਾਰ ਦੁੱਖ ਪਲੇਅਰ ਨੂੰ ਪਲੇਅਰ ਦਾ ਦੁੱਖ ਹੁੰਦਾ ਵਾ ਪਲੇਅਰ ਨੂੰ ਪਲੇਅਰ ਦਾ ਬੰਦੇ ਦਾ ਪਤਾ ਹੁੰਦਾ ਦੁੱਖ ਹੁਣ ਉਹੋ ਹੀ ਟਾਈਮ ਉਹਦੇ ਘਰ ਉਹੋ ਹੀ ਇੱਕ ਆਸ ਹੁੰਦੀ ਘਰਦਿਆਂ ਨੂੰ ਡੈਡੀ ਮੰਮੀਆਂ ਨੂੰ ਜਿਹਨੂੰ ਮਰਜ਼ੀ ਸਾਰਾ ਇੱਕ ਆਸ ਹੁੰਦੀ ਆ ਕਿ ਸਾਡਾ ਪੁੱਤ ਵੱਡਾ ਹੋ ਕੇ ਜਾਂ ਸਾਨੂੰ ਖਵਾਊਗਾ ਉਹ ਹੁਣ ਉਹ ਗੱਲ ਨੀ ਰਹਿ ਗਈ ਹਨਾ ਉਹ ਹੁਣ ਉਹਨਾਂ ਨੂੰ ਘਰਦਿਆਂ ਨੂੰ ਵਿਚਾਰਿਆਂ ਨੂੰ ਹੁੰਦਾ ਕਰਨਾ ਯਾਰ ਜਦੋਂ ਉੱਠ ਕੇ ਸਵੇਰੇ ਦੇਖਣਾ ਯਾਰ ਪੁੱਤ ਇਦਾਂ ਆ ਪੁੱਤ ਇਦਾਂ ਯਾਰ ਬਾਕੀ ਬਾਕੀ ਅੱਧੇ ਰਹਿ ਜਾਂਦੇ ਘਰ ਦੇ ਵੀ ਗੱਲ
ਖੜੀ ਹੁਣ ਗੱਲ ਇਹ ਵੀ ਆ ਨਾ, ਕੋਈ ਆਪਣਾ ਸਗਾ ਯਾਰ ਵੀ ਨੀ ਖਲਾਉਂਦਾ, ਜਿੱਥੇ ਉਹ ਘਰਦਿਆਂ ਨੇ ਖਲਾਉਣਾ ਉਹ ਘਰ ਦੇ ਖਲਾਉਂਦੇ ਆ, ਘਰ ਦੇ ਖਲਾਉਂਦੇ। ਹੁਣ ਮੇਰੇ ਵੀ ਹਨਾ। ਸੱਟ ਫੁੱਲਟ ਤੈਨੂੰ ਪਤਾ ਹਾਂ ਲੱਗੀ ਸੀ, ਪਰ ਹੁਣ ਤੂੰ ਵੀ ਆਇਆ ਸੀਗਾ ਆਪਣੇ ਕੋਲ ਹਾਂ ਮਿਲ ਕੇ ਗਿਆ ਨਾ, ਇਹੀ ਪਿਆਰ ਹੁੰਦਾ ਹਾਂ ਚੀਜ਼ਾਂ ਇਹੀ ਹੁੰਦਾ। ਪੁੱਛਣਾ ਬਾਕੀ ਇੱਕ ਹਣੀ ਦੂਜੇ ਨੂੰ, ਗੱਲ ਇਹ ਗੱਲ ਥੋੜੀ ਆ ਕਿ ਇਹ ਹਾਂ ਪੈਸੇ ਹੁਣ ਪੂਸੇ ਗੱਲ ਵਾਲਾ ਨੀ, ਕੋਈ ਹਾਂ ਖੜਦਾ ਪੈਸੇ ਦਾ ਨੀ ਸਿਸਟਮ ਹੁੰਦਾ, ਇਹ ਬੰਦੇ ਸਮਝ ਜਾਂਦੇ ਆ ਸਾਡੇ ਕੋਲ ਏਦਾਂ ਦਾ ਸਿਸਟਮ ਗਲਤ ਆ ਮੈਂ ਹੁਣ ਬੰਦੇ। ਇਹੀ ਯਾਦਾਂ ਵਾ, ਹੁਣ ਮੈਂ ਤੇਤੋਂ ਚੱਲ 15-1 ਘੰਟਾ ਤੇਤੋਂ ਰੋਕ ਕੇ ਚਲ ਗਿਆ ਹੋਊਗਾ, ਬਾਕੀ ਆਖਿਰ ਤਾਂ ਤੈਨੂੰ ਤੇਰੇ ਘਰ ਦੇ ਸਾਂਭਦੇ ਆ। ਹਾਂ ਪਰ ਉਹ ਇਹ ਗੱਲ ਤਾਂ ਵੱਖਰੀ, ਤੂੰ ਸਾਨੂੰ ਮਿਲ ਕੇ ਨਹੀਂ ਗਿਆ। ਆਇਆ ਉਦਣ, ਆਇਆ ਜਿੱਦਣ ਆਇਆ ਉਦਣ 10 ਰਾਤ 1-2 ਵਜੇ ਤੱਕ ਤੂੰ ਭੱਜਿਆ, ਮੈਂ ਮੈਂ ਤੈਨੂੰ ਤੂੰ ਤੇ ਭੱਜਿਆ, ਉਸ ਮੈਨੂੰ ਤੋਂ ਜੋਤਾ ਬਾਅਦ ਭਾਈ ਨੇ ਕਿਹਾ, ਕਹਿੰਦਾ ਜੋਤਾ ਭਾਈ ਇੱਕ ਕਹਿੰਦਾ ਆਪਾਂ ਚੱਲੀਏ, ਮੈਂ ਕਿਹਾ ਚਲੋ ਭਾਜੀ, ਤੇ ਨਹੀਂ ਮੈਂ ਇੱਕ ਗੱਡੀ 'ਚ ਬਹਿ ਗਿਆ, ਜਾ ਕੇ ਆਪ ਤੁਸੀਂ ਉੱਥੇ ਬੈਠੇ ਰਹੇ, ਫਿਰ ਤੂੰ ਕਾਹਦੇ ਬਹਿ ਗਿਆ? ਮੈਨੂੰ ਤਾਂ ਭਾਜੀ ਕਹਿੰਦਾ ਚੱਲੀਏ, ਮੈਂ ਕਿਹਾ ਚਲੋ, ਮੈਂ ਕਿਹਾ ਉਦੋਂ ਤੈਨੂੰ ਜੋ ਚੁੱਪ ਕਰ, ਜਦੋਂ ਤੂੰ ਗੱਡੀ 'ਚ ਬੈਠਾ ਮੈਂ ਤੈਨੂੰ ਇੱਕ ਗੱਲ ਕਹੀ, ਮੈਂ ਕਿਹਾ ਤੂੰ ਦੇਖ ਲੈ ਚੱਲਾਂ ਅਸੀਂ ਇੱਥੇ ਹੀ ਆ ਹਲੇ ਤੱਕ। ਮੈਂ ਤੈਨੂੰ ਕਿਹਾ ਵੀ, ਮੈਂ ਕਿਹਾ ਤੂੰ ਗੱਲ ਕਰ, ਮੈਂ ਹੁਣੇ ਰੁਕਾ ਕੇ, ਤੂੰ ਕਿਹਾ ਕਿ ਨਹੀਂ ਨਹੀਂ ਚੱਲੀਏ, ਮੈਂ ਕਿਹਾ ਚਲੋ, ਮੈਂ ਤਾਂ ਅਗਲੇ ਮੈਂ ਵੀ ਦਿਨ ਤੂੰ ਆਉਣਾ ਹੀ ਆ, ਤੂੰ ਨਹੀਂ ਕਿਹਾ, ਮੈਨੂੰ ਤੇ ਇਹੀ ਕਿ ਅਗਲੇ ਦਿਨ ਤੂੰ ਆਉਣਾ ਹੀ ਆ, ਚੱਲ ਹਾਂ ਇਹ ਵੀ ਸੀ। ਉਹ ਬੈਠੇ ਯਾਰ ਜਾ। ਮੈਨੂੰ ਮੈਨੂੰ ਕਿਹੜਾ, ਅਸੀਂ ਉਧਰ ਨੂੰ ਚੱਲ ਗਏ ਆਪਣੇ ਬੁਲਟ ਹਾਂ, ਉਧਰ ਉਹ ਮੁੰਡੇ ਨੇ ਸੁਲਤਾਨਪੁਰ ਨੂੰ। ਦੇ ਜੇ ਵਾਲੇ, ਉਹ ਮੈਨੂੰ ਪਤਾ, ਉਹਨੇ ਕਿਹਾ ਨਾ ਵਿਚਾਰੇ ਨੇ ਕਿ ਮੇਰੇ ਕੋਲ ਹੋ ਹਾਂ ਜਾਵੇ, ਉਧਰ ਕੈਸੇ ਚਲੇ ਹੋ ਗਏ ਸੀਗੇ ਫਿਰ ਸੁਲਤਾਨਪੁਰ। ਸਹੀ ਉਹ ਹੈ, ਫਿਰ ਸਹੀ ਕੀ ਹੋਇਆ ਹੁਣ ਮੈਚ ਗਾ ਆਪਣੇ ਇਕੱਠਿਆਂ ਨੇ ਖੇਡਣੇ ਆ, ਕਿਹੜੀ ਗੱਲ ਆ, ਹਾਂ ਤੂੰ ਇੱਥੇ ਹੀ ਰਿਹਾ ਕਰਨਾ, ਇੱਥੇ ਹੀ ਰਿਹਾ ਕਰਨਾ। ਪਰ ਵੱਡੀ ਗੱਲ ਆ, ਆਪਾਂ ਘਰ ਕਰ ਦੇਣਾ ਸ਼ੁਰੂ ਥੋੜੇ ਚਿਰ ਤੱਕ ਭਰਾਵਾ, ਤੈਨੂੰ ਨਵੇਂ ਘਰ 'ਚ ਹੁਣ ਤੇਰੇ ਪੈਰ ਪਵਾਵਾਂਗੇ, ਆਏ ਵਧੀਆ ਨਵੇਂ ਪੈਰ, ਇੱਚ ਵੀ ਪੈਰ ਪਾਏ, ਇੱਚ ਹੀ ਪਾਵਾਂਗੇ ਇੱਚ ਵੀ ਪਾਏ, ਹੁਣ ਤੈਨੂੰ ਉੱਥੇ ਥੋੜੇ ਪਵਾਵਾਂਗੇ ਦਿਨਾਂ ਦਾ। ਨਵੇਂ ਹੋਰ ਹੋਰ ਤਾਂ ਯਾਰ ਵਧੀਆ ਠੀਕ ਆ, ਥੱਲੇ ਵਿਚਾਰੇ ਆਪਾਂ ਕਿਹੜਾ ਵੀਡੀਓ ਕਾਲ ਤੇ ਗੱਲ ਕਰਦੇ, ਥੱਲੇ ਭਰਾ ਮੈਸੇਜ ਕਰਦੇ ਆ। ਗਲਜਾਰੀ ਭਾਜੀ, ਗਲਜਾਰੀ ਮੈਂ ਉਹ ਵੀ ਦੇਖ ਲਿਆ, ਮੈਂ ਵੀ ਦੇਖ ਲਿਆ, ਮੈਂ ਵੀ ਆ ਗਲਜਾਰੀ ਸਾਹਿਬ ਇਹ ਯਾਰ ਜਿੰਦ ਜਾਣ ਆਪਣੀ ਯਾਰ ਗਲਜਾਰੀ ਭਾਜੀ, ਸਿਰਾ ਹੀ ਆ ਬੰਦਾ ਯਾਰ, ਕਹਿੰਦੇ ਇੰਗਲੈਂਡ ਦੀ ਧਰਤੀ ਤੇ ਜਾ ਕੇ ਭਰਾ ਵਾ ਆਪਣਾ ਭਰਾ ਵਾ, ਚੱਲ ਫਸਿਆ ਕੀ ਆ ਕਿ ਚੱਲ ਆਪਣੀ ਜ਼ਿੰਦਗੀ ਸਹੀ, ਬਸ ਗਿਆ ਸਾਰਿਆ, ਫਸਿਆ ਨੀ ਬਸ ਗਿਆ ਸਾਰਿਆ, ਜ਼ਿੰਦਗੀ ਸੈੱਟ ਕੀਤੀ ਵਿਚਾਰੇ ਨੇ ਆਪਣੀ ਵਧੀਆ। ਪਰ ਉਹ ਤਾਂ ਕਹਿੰਦਾ ਕਹਿੰਦਾ ਇੰਡੀਆ ਆਉਣਾ ਮੈਂ ਖੇਡਣਾ ਆ, ਨਹੀਂ ਨਹੀਂ ਵਧੀਆ ਵਾ, ਚੱਲ ਆਪਣੀ ਸੈਟਿੰਗ ਕਰਕੇ ਖੇਡੀ ਜਾਵੇ, ਜਿੰਨਾ ਚਿਰ ਦਿਲ ਕੀਤਾ ਬੰਦਾ ਖੇਡਦਾ ਹੀ ਆ। ਸਹੀ ਗੱਲ ਆ ਯਾਰ, ਕਬੱਡੀ ਦਾ ਕੀੜਾ ਥੋੜਾ ਜਾਂਦਾ ਹੁੰਦਾ ਯਾਰ, ਉਹੀ ਤਾਂ ਗੱਲ ਆ, ਬੁਲਟ ਉਮਰ ਉਮਰਾ ਵੀ ਹੁੰਦੀ ਹੁਣ ਆਪਣੀ ਕੇ, ਕਹਿੰਦਾ ਲਵ ਯੂ ਬ੍ਰੋ ਟੂ, ਲਵ ਯੂ 3, 4, 5, 6, 7, 8, 9, 10, 10 ਤੱਕ ਹੀ ਆਉਂਦੀ ਆਪਣੀ ਇੰਗਲਿਸ਼ ਚ ਗਿਣਤੀ ਬਸ ਭਾਜੀ। ਗੁਲਜਾਰੀ ਭਾਈ, ਤੁਸੀਂ ਗੁਲਜਾਰੀ ਭਾਜੀ ਆ, ਥਾਪੀਆਂ ਮਾਰਦਾ ਚਹੇਤਾ ਇਹ, ਠੀਕ ਆ ਮੈਂ ਕਹਿਣਾ ਭਾਈ ਜਿੱਥੇ ਜਾਣਾ ਵਾ ਉਂਗਲੀ ਤੇਰੀ ਖੜੀ ਹੋਣੀ ਚਾਹੀਦੀ ਆ, ਭਾਵਾਂ ਮੈਂ ਕਿਹਾ ਇੱਕ ਇੱਕ ਮੋੜ ਨੀ ਆ, ਭਾਵਾਂ 10 ਮੋੜ ਨੀ, ਉਂਗਲੀ ਖੜੀ ਹੋਣੀ ਚਾਹੀਦੀ। ਇਹ ਉਹੀ ਕਹਿੰਦਾ ਲੈ ਉਹਦੇ ਮੈਨੂੰ ਫੂਡ ਵੀ ਲੋੜਾ ਬਾਜ, ਲੈ ਬੁਲਟਾ ਦੱਸ, ਮੈਨੂੰ ਵੀ ਇੱਦੀ ਹੁੰਦੀ ਸੀ ਉਸਤਾਦ ਨੇ ਨਾਲ ਹੀ, ਮੈਂ ਕਿਹਾ ਉਸਤਾਦ ਕਿੱਦਾਂ, ਮੈਂ ਪੂਰਾ ਖੜਾਕਾ ਹੋਣਾ ਚਾਹੀਦਾ ਉਰੇ ਪਰੇ। ਉਹ ਗੱਲ ਯਾਰ ਮੇਰੀ ਗੱਲ ਸੁਣ ਕੇ ਯਾਰ ਸਵਾਦ ਵੀ ਸਾਰੇ ਖੇਡ ਪਲੇਅਰ ਹੁੰਦਾ, ਵਧੀਆ
ਮੇਰੀ ਗੱਲ ਸੁਣ, ਕਈ ਆਉਂਦੇ ਪਲੇਅਰ, ਸਾਰੇ ਪਲੇਅਰ ਵਧੀਆ, ਆਪਾਂ ਕਿਸੇ ਨੂੰ ਮਾੜੇ ਨਾ ਕਿਤੇ, ਉਹ ਜਿਹੜਾ ਬੰਦਾ ਉਹ ਜਿੱਦਾਂ ਮਤਲਬ ਇੰਟਰਟੇਨਮੈਂਟ ਜਾਂ ਕਰਕੇ ਜਾਂਦਾ ਨਾ, ਉਹ ਬੰਦਾ ਫਿਰ ਵਾਰ ਵਾਰ ਮੂੰਹ ਚ ਆਉਂਦਾ ਲੋਕਾਂ ਦੇ, ਬੰਦੇ ਆਹ ਬੰਦਾ ਕਰਕੇ ਗਿਆ ਹਾਂ ਲਾਲਾ ਲਾਲਾ ਪਲੇਅਰ, ਫੇਰੀ ਸਾਡੀ ਲਾਲਾ ਲਾਲਾ ਕੋਈ ਵਿੱਚ ਕੋਈ ਕਰਾਉਣ ਵਾਲਾ ਹੁੰਦਾ, ਕੋਈ ਕਰਾਉਣ ਵਾਲਾ, ਉਹ ਤਾਂ ਹੁਣ ਕਈ ਪਲੇਅਰ ਥਾਪੀ ਨਹੀਂ ਮਾਰਦੇ। ਹਾਂ ਕਈ ਨਹੀਂ ਮਾਰਦੇ, ਮਾਰਦੇ ਹੀ ਨਹੀਂ ਹੈ ਕਈ ਯਾਰ, ਚਲੋ ਵਧੀਆ ਗੱਲ ਹੈ, ਚਲ ਨਹੀਂ ਮਾਰਦੇ ਕਈ, ਚਲ ਜਿਹੜੇ ਜਿਹੜੇ ਮੈਂ ਤਾਂ ਕਹਿੰਦਾ ਵਾ ਕਿ ਜਿਹੜੇ ਦੂਜੇ ਆ ਜਿੱਦਾਂ ਜਿਹਨਾਂ ਨਹੀਂ ਉਹ ਹੁੰਦੇ ਸ਼ੋ, ਉਹ ਤਾਂ ਬੰਦਾ ਮਾਰਨੀ ਚਾਹੀਦੀ ਆ, ਬੰਦਾ ਸ਼ੋ ਛੇਤੀ ਹੋ ਜਾਂਦਾ ਯਾਰ, ਸਹੀ ਗੱਲ। ਹੁਣ ਆਪਾਂ ਵੀ ਥਾਪੀਆਂ ਮਾਰੀਆਂ ਹੀ ਆ, ਵਾਕਿਆ ਥਾਪੀਆਂ ਪਰ ਥੋੜੀਆਂ ਆਪਾਂ ਮਾਰੀਆਂ, ਕਈ ਤਾਂ ਪਲੇਅਰਾਂ ਨੂੰ ਜੇਲ ਲੱਗ ਪਤਾ ਜਾਂਦੀ ਵੀ ਥਾਪੀਆਂ ਦੀ ਭਰਾਵਾ ਅੱਡੀ ਸਾਨੂੰ ਲਈ ਗੱਲ। ਆਪਾਂ ਪਿਆਰ ਕਰਨ ਵਾਲੇ ਬਾਹਰੋਂ ਕਹਿੰਦੇ ਭਾਜੀ ਇਦਾਂ ਬੁਲਟ ਤਿੰਨ ਵੀ ਕਿੰਨੇ ਕਹਿੰਦੇ ਆ ਨਾ ਭਾਈ ਥਾਪੀ ਮਾਰ ਦਾ ਮਜ਼ਾ ਆਉਂਦਾ, ਕਿ ਬੰਦੇ ਦਾ ਉਹ ਬਣ ਜਾਂਦਾ ਟੂਰਨਾਮੈਂਟ ਵੀ ਉਦਾਂ ਵੀ। ਹੁਣ 3 ਤਰੀਕ ਨੂੰ ਆ ਇੱਥੇ ਵਰਲਡ ਕੱਪ ਕੈਨੇਡਾ, ਕਰੇ 3 ਦਾ ਪਤਾ ਨੀ 4 ਦਾ, ਅੱਛਾ ਉਹ ਮਿਸ ਵੀ ਯਾਰ ਕਰਨਾ ਵਰਲਡ ਕੱਪ, ਖੇਡਣਾ ਹੁਣ ਮਿਸ ਪਿਛਲੇ ਸਾਲ ਤਾਂ ਖੇਡਿਆ ਹੀ ਕਰਨਾ। ਸੀਗਾ। ਆਹੋ ਪਿਛਲੇ ਸਾਲ ਸਾਰੇ ਖੇਡ ਕੇ ਆਏ ਮਮਾ, ਬੋਲਟ ਕਹਿੰਦਾ ਜੈਸ ਬਰੋ ਗੁਲਜਾਰੀ ਭਾਜੀ ਕਹਿੰਦਾ ਯਾਰੀ ਭਾਈ ਤਾਂ ਹੈ ਸਿਰਾ ਤੈਨੂੰ ਅੱਗੇ ਆਖਿਆ, ਹੋਰ ਲਬਜੀ ਨੀ ਹੁਣ ਕਹਿ ਸਕਦਾ ਮੈਂ ਯਾਰ, ਹੋਰ ਬੋਲਟ ਸਿਰਾ ਥੈਂਕ ਯੂ ਭਾਜੀ। ਆ ਕਿਸੇ ਨੇ ਆਈ ਡੀ ਭੇਜਤੀ ਆਪਣੀ, ਇਹ ਕੀ ਚੱਕਰ, ਪੀਤਾ ਆ ਉਹਨੇ, ਉਹਨੂੰ ਗਿਆ ਗੁਲਜਾਰੀ ਭਾਈ ਨੂੰ ਕਿੱਤਾ। ਅੱਛਾ ਅੱਛਾ ਪੀਤਾ ਭਰਾ ਜਿਹੜਾ ਦੂਜਾ ਇੰਗਲੈਂਡ ਗਿਆ ਤੇਰੇ ਯਾਰ, ਆਹੋ ਓਕੇ 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 ਇਹ ਵੀ ਕਹਿੰਦੇ ਇੰਗਲੈਂਡ ਆਊਗਾ ਐਤਕੀ ਖੇਡਣ, ਇਹ ਵੀ ਮੁੰਡਾ ਇਹਦੇ ਨਾਲ ਘਰ ਦੀ ਨਾ ਗਿਆ ਕਿ ਕੀ ਹਿਸਾਬ ਪਿਆ, ਚੱਲ ਵਧੀਆ ਆਪਣੇ ਬੰਦਾ ਸੈਟਿੰਗ ਕਰਦਾ, ਉਹ ਬਸ ਹੁਣ ਸੈੱਟ ਆ ਇੱਥੇ ਖੇਡਿਆ, ਵਧੀਆ ਖੇਡੇ ਮੈਚ ਜਿੱਤੇ ਇਹਨਾਂ ਨੇ 6-7 ਟੂਰਨਾਮੈਂਟ ਵਧੀਆ ਖੇਡੇ, ਚੱਲ ਹੁਣ ਵਧੀਆ ਗੱਲ ਇੰਡੀਆ ਖੇਡਣ ਆਊਗਾ ਹੁਣ। ਸਹੀ ਆ ਭਰਾਵਾ, ਤੈਨੂੰ ਸਹੀ ਗੱਲ ਆ, ਚਾਹ ਚ ਨੀ ਜਾਂਦੀ ਕਬੱਡੀ ਖੇਡਣ ਦੀ, ਹੁਣ ਅਸੀਂ ਵੀ ਬੈੱਟ ਤੇ ਪਏ ਆ, ਉਹ ਕਚੀਚੀਆਂ ਜਿਹੀਆਂ ਉੱਠਦੀਆਂ ਪਈਆਂ ਆ, ਕਿੰਨਾ ਕਿਆ ਕੀੜਾ ਨੀ ਮਾਰਦਾ ਕਬੱਡੀ ਦਾ, ਕੀੜਾ ਕੀੜਾ ਨੀ ਨਹੀਂ ਮਾਰਦਾ। ਮਾਰਦਾ ਬੋਲਟ ਵੀਰ ਲੱਤ ਭਾਜੀ ਸਹੀ ਆ, ਲੱਤ ਤਾਂ ਦਿਖਾ ਦਿੰਦੇ ਆ ਭਰਾਵਾ, ਲੱਤ ਇਦਾਂ ਵਾ ਦੇਖ ਲਓ, ਤੇ ਆ ਤੇ ਉਹ ਚਾੜਿਆ ਹੋਣਾ ਆ, ਉਹ ਠੀਕ ਆ, ਲੱਤ ਭਾਜੀ ਹੋਇਆ ਨੀ ਥੋੜੇ ਜਿਹਾ ਤੱਕ ਸੈੱਟ, ਬਾਹਰ ਆ ਗਿਆ ਥੋੜੇ ਥੋੜੇ, ਜੁੜ ਜਾਣੀ ਆ, ਜੁੜ ਗਈ ਹੋਣੀ ਹੁਣ ਤਾਂ। ਆ ਮੇਰਾ ਵੀ ਭੈਣ ਉਹ ਟਾਂਕੇ ਲੱਗੇ ਸੀ ਉੱਥੇ, ਨਟ ਕਢਾ ਕੇ ਆਇਆ ਸੀ ਸਾਲਾ, ਹੁਣ ਜਾ ਕੇ ਹੁਣ ਠੀਕ ਹੋ ਗਿਆ, ਅੱਜ ਮਿਹਨਤ ਲਾਈ, ਨਹੀਂ ਤਾਂ ਮੈਂ ਉੱਥੇ ਕ੍ਰਿਕਟ ਖੇਡਣ ਪਹਿਲਾਂ ਪਹਿਲਾਂ ਕ੍ਰਿਕਟ ਖੇਡੀ ਗਿਆ। ਸਹੀ ਗੱਲ ਹੈ, ਗਰਾਊਂਡ 'ਚ ਜਾਂਦਾ ਹੁੰਦਾ ਉੱਥੇ ਯਾਰ, ਮਿਹਨਤ ਕਰਨ ਨੂੰ ਦਿਲ ਕਰਨ ਲੱਗ ਜਾਂਦਾ, ਫਿਰ ਮਿਹਨਤ ਫਿਰ ਤੈਨੂੰ ਪਤਾ ਪੂਰੀ ਹੁੰਦੀ ਨੀ, ਪਹਿਲਾਂ ਰੈਸਟ ਕਰਕੇ ਬੰਦਾ ਚੰਗੀ ਤਰ੍ਹਾਂ ਹੀ ਮਿਹਨਤ ਕਰਦਾ। ਤੈਨੂੰ ਤਾਂ ਆਖਿਆ ਮੰਮਾ, ਮੇਰਾ ਤਾਂ 2500 ਛਪਾੜਾ ਮਾਰ ਕੇ ਸਰੀਰ ਵਾਰਮ ਅਪ ਹੁੰਦਾ, ਉਹ ਵੱਡੇ ਹੁਣ ਖਿਡਾਰੀ, ਵੱਡੇ ਖਿਡਾਰੀ ਵੱਡੇ ਇੰਜਣ ਆ ਆਪਣੇ, ਉਹੀ ਤਾਂ ਗੱਲ ਆ, ਫਿਰ ਮਿਹਨਤ ਫਿਰ ਤੈਨੂੰ ਪਤਾ ਲੱਗਣੀ ਆ, ਵੀ ਲਗਾਤਾਰ ਲਾਉਣੀ ਪੈਂਦੀ ਆ, ਤੈਨੂੰ ਪਤਾ ਫਿਰ ਬੰਦਾ ਵੱਡੇ ਖਿਡਾਰੀ ਆ, ਵੱਡੀ ਮਿਹਨਤ ਆਪਣੀ ਭੈਣ, 6-7 ਹਜ਼ਾਰ ਛਪਾੜਾ ਕਰ ਦੇਣਾ ਸ਼ੁਰੂ ਕਰ ਦੇ ਵਾ ਸ਼ੁਰੂ, ਮੈਂ ਤਾਂ ਕੀ ਅੱਜ ਕਰਤਾ ਆ, ਅੱਜ ਮਾਰ ਕੇ ਆਇਆ ਮੈਂ ਤਾਂ 7-8 ਹਜ਼ਾਰ ਛਪਾਟਾ। ਚੱਲ ਫੇਰ ਤਾਂ ਸਹੀ ਆ, ਚੱਲ ਹਣੀ ਚੰਗਾ ਵੇ ਬੁੱਗੇ, ਲਵ ਯੂ ਲਵ ਯੂ ਵੇ, ਮਿਲਦੇ ਹਾਂ, ਓਕੇ ਓਕੇ ਮੇਰਾ ਭਰਾ।
ਚੰਗਾ ਮੇਰੇ ਵੀਰ, ਸਾਰਿਆਂ ਨੂੰ ਸਤਿ ਸ੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਫਤਿਹ। ਜੈ ਪੀ ਜੈ ਪੀਰਾਂ ਦੀ, ਤਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਇਸੇ ਤਰ੍ਹਾਂ ਕਬੱਡੀ ਦੀਆਂ ਘੈਂਟ ਅਤੇ ਨਵੀਆਂ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਅਤੇ ਬੈੱਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ, ਤਾਂ ਜੋ ਤੁਹਾਨੂੰ ਟਾਈਮ ਸਿਰ ਨਵੀਂ ਤੋਂ ਨਵੀਂ ਅਪਡੇਟ ਮਿਲ ਸਕੇ। ਧੰਨਵਾਦ ਜੀ।